ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਬੋੜੇਵਾਲ ਕੰਗ, ਤਹਿਸੀਲ ਮਜੀਠਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਝੋਟੀਆਂ ਤੁਹਾਨੂੰ ਦਿਖਾਉਣੀਆਂ, 2 ਨੀਲੀ ਦੀਆਂ ਅਤੇ 2 ਮੋਹਰਾਂ ਦੀਆਂ। ਅਤੇ ਕਮਾਲ ਦੀ ਗੱਲ ਇਹ, ਸਾਰੀਆਂ ਹੀ ਸੂਈਆਂ ਅਤੇ ਸਾਰੀਆਂ ਤਾਜ਼ੀਆਂ ਹੀ ਸੂਈਆਂ ਵਾ, ਬਿਲਕੁਲ ਹੀ ਥੋੜ੍ਹੇ ਥੋੜ੍ਹੇ ਦਿਨਾਂ ਦੀਆਂ ਹੀ ਸਾਰੀਆਂ ਸੂਈਆਂ ਵਾ, ਅਤੇ ਹੈ ਵੀ ਸਾਰੀਆਂ ਝੋਟੀਆਂ ਹੀ ਆ। ਵਿੱਚੋਂ ਜਿਹੜੀਆਂ ਵਾ 2 ਪਹਿਲੇ ਸੂਬੇ ਆ ਅਤੇ 2 ਦੂਸਰੇ ਸੂਬੇ ਆ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ? ਸਭ ਵਧੀਆ ਜੇ। ਹੋਰ ਕਿਵੇਂ ਚੱਲੀ ਜਾਂਦਾ ਜੇ ਕੰਮ ਕਾਰ? ਚਲੋ, ਕਾਫੀ ਚਿਰਾਂ ਬਾਅਦ ਆਏ ਤੁਹਾਡੇ ਕੋਲ, ਤੁਸੀਂ ਤਾਂ ਨਕਸ਼ਾ ਹੀ ਬਦਲਤਾ ਜੀ ਸਾਰਾ। ਠੀਕ ਆ, ਕਾਫੀ ਚਿਰ ਹੋ ਗਿਆ ਆਪਣਾ। ਤੇ ਚਲੋ ਨਾਮ ਦੱਸ ਦੇ ਕਰੀ ਫਿਰ। ਨਾਮ ਮੇਰਾ ਅਵਤਾਰ ਸਿੰਘ ਹੈ। ਹਾਂਜੀ, ਪਿੰਡ ਬੋੜੇਵਾਲ ਕੰਗ, ਤਹਿਸੀਲ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਇਹ ਆਪਾਂ ਨੂੰ ਮਜੀਠਾ ਤੋਂ 7 ਕਿਲੋਮੀਟਰ ਪੈਂਦਾ ਵਾ। ਹਾਂਜੀ, ਕੱਥੂ ਨੰਗਲ ਤੋਂ 5 ਕਿਲੋਮੀਟਰ ਆ। ਠੀਕ ਹੈ। ਇਧਰ ਜੈਂਦੀਪੁਰ ਤੋਂ 7 ਕਿਲੋਮੀਟਰ। ਠੀਕ ਹੈ ਜੀ। ਫਤਿਹਗੜ੍ਹ ਚੂੜੀਆਂ ਤੋਂ 12-13 ਕਿਲੋਮੀਟਰ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਫੋਨ ਨੰਬਰ ਵੀ ਬੋਲ ਦੇ ਕਰੀ। ਫੋਨ ਨੰਬਰ ਹੈਗਾ ਮੇਰਾ 73475। ਹਾਂਜੀ। 91-942। ਠੀਕ ਹੈ ਜੀ। 94-635-26-806। ਠੀਕ ਆ। ਦੋ ਨੰਬਰ ਚੱਲ। ਠੀਕ ਆ। ਤੇ ਅੱਜ 2 ਨੀਲੀ ਦੀਆਂ ਝੋਟੀਆਂ ਤੇ 2 ਹੀ ਮੋਰਾਂ ਦੀਆਂ। ਹਾਂਜੀ ਹਾਂਜੀ, ਅੱਜ ਵੀ ਬਹੁਤ ਚੰਗੀਆਂ ਝੋਟੀਆਂ, ਸਾਫ ਸੁਥਰੀਆਂ, ਬਾਕੀ ਭਾਅ ਬਿਲਕੁਲ ਜਾਇਜ਼ ਕਰਾਂਗੇ ਆਪਾਂ। ਛੋਟੇ ਛੋਟੇ ਹੀ ਦੇਣ ਵਾਲੇ ਕਰਨੇ ਆ। ਠੀਕ ਆ। ਹਾਂਜੀ ਹਾਂਜੀ, ਠੀਕ ਆ। ਤੇ ਬੋਲ ਨਹੀਂ ਕਰਨੇ। ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ। ਪਹਿਲਾਂ ਦੋ ਝੋਟੀ ਸੂਈ ਪੰਜਵਾ ਦੇਣੇ ਆ। ਅੱਛਾ, ਹਾਂ ਵੇਖੋ ਕੀ ਲਗਾ ਝੋਟੀ। ਠੀਕ ਆ। ਸੂਆ ਪਹਿਲਾਂ ਹੀ ਸੂਈ ਜੇ? ਹਾਂਜੀ, ਪਹਿਲਾਂ ਹੀ ਸੂਆ ਸੂਈ ਜੋ। ਔਲ ਤੇ ਨਹੀਂ ਕਰਦੀ ਕੋਈ? ਬਿਲਕੁਲ ਔਲ ਨਹੀਂ ਕਰਦੀ, ਕੱਟੀ ਮਗਰ ਜੇ ਦਿਖਾ ਦਈਏ, ਚਵਾਜ ਵੀ ਦਿਖਾ ਦਈਏ, ਕਰੀ ਪਤਾ ਲੱਗ ਜੂਗਾ। ਇਹ ਫਿਰ ਪਤਾ ਪ੍ਰੋਪਰ ਪਤਾ ਲੱਗ ਜਾਂਦਾ ਹੈ ਵੀ। ਹਾਂਜੀ ਹਾਂਜੀ, ਕਈ ਵਾਰੀ ਹੁੰਦਾ ਕਿ ਕੋਈ ਪਹਿਲਾਂ ਝੋਟੀ ਆ ਔਲ ਨਾ ਕਰਦੀ ਹੈ। ਲਾੜੂ ਵੀ ਨਾਲ ਦੇ ਦੇ। ਤਾਜ਼ਾ ਤਾਜ਼ਾ ਹੀ ਬੱਚਾ ਜਿਹੜਾ, ਬਿਲਕੁਲ ਹੀ ਹੈ ਜੇ ਇਹਨਾਂ ਲੱਗੇ ਪਰ ਦੇ ਇੱਕ ਦੂਰੇ ਖਾਜ ਦੇ ਲਾੜੂ। ਠੀਕ ਠੀਕ ਆ। ਬਾਕੀ ਝੋਟੀ ਸਾਫ ਸੁਥਰੀ ਬਹੁਤ। ਕਿੰਨੇ ਦਿਨਾਂ ਦੀ ਸੂਈ ਆ? ਅੱਜ 5-6 ਦਿਨ ਦੀ ਸੂਈ ਨੂੰ। ਤੇ ਕਿੰਨਾ ਕੁ ਦੁੱਧ ਤਿਆਰ ਕਰ ਗਈ? ਦੁੱਧ ਆਟਾ ਦੇ ਬੋਲਾ 7 ਕਿਲੋ ਹੋਊਗਾ, 7 ਤੋਂ ਵੱਧ ਹੀ ਹੋਊਗਾ, ਤੁਸੀਂ 7 ਮੰਨ ਲਓ। ਤੇ ਕਿੰਨਾ ਕੁ ਚਵਾਈ ਜਾਊਗੀ? ਦੁੱਧ 10 ਤੋਂ ਪਲੱਸ ਦੋਗੇ ਜੀ। ਅੱਛਾ, ਹਾਂ ਬਹੁਤ ਸਾਫ ਸੁਥਰੀ। ਬਾਕੀ ਚਲੋ ਜਿਹੋ ਜੀ ਝੋਟੀ ਆ, ਇੰਨਾ ਕੁ ਤੇ ਇਹਨਾਂ ਦੇਣਾ ਹੀ ਚਾਹੀਦਾ ਵਾ, ਸੋਹਣੀ ਝੋਟੀ ਆ, ਸਾਫ ਸੁਥਰਾ ਫੁੱਲ ਜੀ। ਬਾਕੀ ਜੇ ਬਿਲਕੁਲ ਹੁਣ ਤਾਜ਼ੀ ਆ, ਬਾਕੀ ਪਹਿਲਾਂ ਝੋਟੀ ਜੇ 15-16 ਦਿਨ ਤੇ ਇਹਨੇ ਜਾ ਕੇ 20 ਦਿਨ ਤੇ ਜਾ ਕੇ ਦੁੱਧ ਤੇ ਆਉਣਾ। ਠੀਕ ਆ। ਬਾਕੀ ਕੋਈ ਔਲ ਵਾਲੀ ਚੋਣ ਚਣ ਬਹੁਤ ਜ਼ਿਆਦਾ ਸਾਫ ਸੁਥਰੀ। ਠੀਕ ਆ ਜੀ। ਬਸ ਮੂੰਹ ਲਾਉਂਦੇ ਸਾਰੇ ਨੇ ਫਸਮ ਆਉਣਾ ਜੀ। ਸੁਣੀ ਸ਼ੁਰੂ ਹੋ ਗਈ ਆ ਜਿਹੜੀ, ਪ੍ਰੋਪਰ ਫਸਮਾ ਕੇ ਤੁਹਾਨੂੰ ਦਿਖਾਉਂਦੇ ਆ। ਪਤ ਕਰ ਦਾਂਗੇ ਨਗਰ। ਹਾਂਜੀ ਹਾਂਜੀ, ਅਥਾਨ ਵੀ ਇਹਦੇ ਦੇਖ ਸਕਦੇ ਲਾਗੇ ਤੋਂ। ਦਿਖਾਈਏ ਫਿਰ ਦੀ ਚਵਾ ਫਿਰ ਆਪਾਂ। ਹਾਂਜੀ, ਬਾਕੀ ਸਾਨੂੰ ਵੀ ਪ੍ਰੋਪਰ ਹੱਥ 'ਚ ਆਉਣ ਵਾਲਾ ਵਾ। ਹਾਂ ਦੇਖ ਸਕਦੇ, ਕੋਈ ਔਲ ਨਹੀਂ ਕਰਦੀ, ਕੋਈ ਕੁਝ ਨਹੀਂ। ਇਹ ਵੀ ਜਿਹੜਾ ਵਾ ਥੋੜ੍ਹਾ ਵਾਧਾ ਹੁੰਦਾ ਵਾ ਪਹਿਲਾਂ ਝੋਟੀਆਂ ਦੇ ਵਿੱਚ। ਬਾਕੀ ਥਣ ਬੜਾ ਗੈਪ 'ਚ ਲੱਗਾ ਜੀ। ਹਾਂਜੀ, ਥਣ ਵੀ ਦੂਰ ਦੂਰ ਲੱਗਾ ਵਾ, ਅਤੇ ਬਿਲਕੁਲ ਪ੍ਰੋਪਰ ਚਵਾਈ ਹੁੰਦੀ ਆ। ਇਹ ਵੀ ਸਾਰੀਆਂ ਚੀਜ਼ਾਂ ਵੇਖਣੀਆਂ ਪੈਂਦੀਆਂ ਵਾ। ਜੇ ਆਪਾਂ ਇਕੱਲਾ ਦੁੱਧ ਵਾਲੀ ਵੇਖੀਏ ਅਤੇ ਬਾਕੀ ਚੀਜ਼ਾਂ ਨਾ ਵੇਖੀਏ ਤਾਂ ਉਹ ਫਿਰ ਫਰਕ ਜਿਹੜਾ ਪੈ ਜਾਂਦਾ। ਆ ਦੇਖ ਸਕਦੇ, ਚਲੋ ਖੋਲੋ। ਹਾਂ, ਉਮੀਦ ਹੈ ਇਹਦੀ ਗਾੜ ਵੀ ਚੰਗੀ ਹੋਊਗੀ। ਠੀਕ ਹੈ ਜੀ। ਠੀਕ ਹੈ ਜੀ।
ਬਾਕੀ ਹੁਣ ਨਾਲੇ ਮੌਸਮ ਦਾ ਵੀ ਫਰਕ ਪੈ ਗਿਆ ਵਾ। ਬਾਕੀ ਪਿੱਠ ਪੁੜੇ ਤਾਂ ਵੀ ਚੰਗੀ ਆ। ਅਜੇ ਉਹ ਨਿੱਕੀ ਭਲਾ ਵੀ ਹੈਗੀਆਂ ਹਵਾਨੇ ਤੇ, ਬਾਕੀ ਨੀਲੀ ਦੀ ਝੋਟੀ ਆ, ਸੋਹਣੀ ਝੋਟੀ ਆ। ਕੱਟੀ ਵੀ ਸੇਮ ਉਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਦੀ ਚਾਪ ਝੋਟੀ ਆ, ਤੇ ਜਾਇਜ਼ ਆ ਫਿਰ ਮੁੱਲ ਵਿਧੀ ਦਾ ਕਿੰਨਾ? ਚਲੋ ਕੋ ਫੋਨ ਲਾਵੇ ਇੱਕ ਵਾਰੀ, ਹਨਾ, ਖਾਲੀ ਨਾ ਮੋੜਿਓ, ਪੂਰਾ ਮਾਨਤਾ ਕਰਾਂਗੇ ਜੀ। ਫੋਨ ਠੀਕ ਆ ਜੀ, ਤੇ ਹੁਣ ਦੂਸਰੇ ਨੰਬਰ ਤੇ ਇੱਕ ਹੋਰ ਨੀਲੀ ਦੀ ਝੋਟੀ ਆ। ਬਿਲਕੁਲ ਤਿਆਰ ਜੇ, ਠੀਕ ਆ ਜੀ, ਬਿਲਕੁਲ ਸਫਾਈ ਜੇ ਵੀ ਜਿੰਨੀ ਵੀ ਹੈਗੀ ਆ। ਚਲੋ ਖੋਲੋ ਹਾਂ ਫਿਰ ਤੋਰ ਦੀਏ। ਬਾਕੀ ਆ ਹੁਣ ਮੌਸਮ ਬਦਲੀ ਹੋਇਆ ਵਾ, ਹੁਣ ਹੋ ਸਕਦਾ ਕਿ ਕੋਈ ਕਿਲੋ ਖੰਡ ਦਾ ਫਰਕ ਹੋਰ ਪਾ ਜੇ। ਪੱਠੇ ਪੁੱਠੇ ਹੁਣ ਚਾਲੂ ਹੋ ਜਾਣੇ ਆਮ ਸਾਰੇ ਵੀ ਰਹਿੰਦੇ। ਬਾਕੀ ਮੌਕੇ ਦਾ ਜਿਹੜਾ 10 ਲੀਟਰ ਦੁੱਧ ਇਹਦੇ ਕੋਲ ਤਿਆਰ ਦੱਸਦੇ ਆ। ਤੇ ਉਤਰੇ ਵੀ ਕੱਦ ਕਾਠ ਜੀ ਚੰਗੀ ਫੱਬਦੀ ਆ ਝੋਟੀ ਵੀ ਪੂਰੀ। ਬਾਕੀ ਜਦੋਂ ਵੀ ਆਈਦਾ ਪਸ਼ੂ ਵੀਰ ਜੀ ਉਹਨਾਂ ਕੋਲ ਸੋਹਣੇ ਹੁੰਦੇ ਆ, ਸੋਹਣੀਆਂ ਝੋਟੀਆਂ ਲਿਆਉਂਦੇ ਆ। ਤੇ ਇਹਦਾ ਫਿਰ ਮੁੱਲ ਵੀਰ ਜੀ? ਇਹਦਾ ਮੁੱਲ ਵੀ ਜਾਇਜ਼ ਹੀ ਆ। ਕਿੰਨਾ ਕੁ? ਆ ਵੇਖੋ ਭਾਅ ਜਿੱਦਾਂ ਮਰਜ਼ੀ ਬੈਠੇ ਰਹੋ, ਕੋਈ ਹਿੱਲਣਾ ਨਹੀਂ ਨੇ, ਠੀਕ ਆ, ਸਾਫ਼ ਸੁਥਰਾ ਬਹੁਤ ਜ਼ਿਆਦਾ ਜੀ, ਠੀਕ ਆ। ਮਾਨਤਾ ਨਾ ਮੌਕੇ ਤੇ ਹੋਊਗਾ, ਠੀਕ ਆ ਜੀ, ਠੀਕ ਆ ਜੀ। ਤੇ ਬਹਾਨਾ ਵੀ ਚੰਗਾ ਸੋਹਣਾ ਪਛਾਣ ਹੁੰਦਾ ਮਗਰ ਵੀ ਕੱਟਾ ਦੇ ਸਾਦੇ ਆ, ਦੋ ਦੰਦ ਜਿਹਾ ਜਿਹੜੀ ਚੌਗੀ ਹੋਣ ਦੀ ਆ, ਚੌਗੀ ਦੇ ਪੁੱਟੇ ਆ ਇਹਨੇ, ਠੀਕ ਆ। ਠੀਕ ਆ, ਬਾਕੀ ਦੱਸਣਾ ਵੀ ਓਨਾ ਹੀ ਚਾਹੀਦਾ ਵਾ। 8 ਕਿਲੋ ਦੁੱਧ ਕਹਿੰਦੇ ਕਿ ਪੱਕਾ ਹੈਗਾ ਹੁਣ ਇਹਦੇ ਕੋਲ, ਬਾਕੀ ਪਹਿਲਾਂ ਸੂਆ ਝੋਟੀ 10 ਕਿਲੋ ਕਰ ਜੂਗੇ ਵੀ, ਠੀਕ ਆ। ਬਾਕੀ ਅਗਲੇ ਸੂਬੇ ਨੇ ਝੋਟੀ ਤਿਆਰ ਹੋਣੀ ਹੈ ਪੂਰੀ, ਅਗਲੇ ਝੋਟੀ 1.5-2 ਲੱਖ ਦੀ ਝੋਟੀ ਆ ਜੀ।
ਚਲੋ ਲੈ ਜਾ ਫਿਰ। ਦੇਖੋ ਕਿਦਾਂ ਸਿੰਗ ਲੱਗਾ ਜੇ ਤੇ ਰੰਗ ਕੀ। ਅਗਲੇ ਸਵੇਰ ਨੇ ਕੱਦ ਵੀ ਹੋਰ ਕਰ ਜਾਣਾ ਵਾ ਤੇ ਸਰੀਰ ਵੀ ਹੋਰ ਭਰ ਜਾਣਾ ਵਾ, ਥੱਲਿਆਂ ਵੀ ਚੰਗੀ ਤਿਆਰ ਹੋਊਗੀ। ਖਾਣ ਬੜਾ ਗਿਆ ਅੱਜ ਜੇ ਖਾਣ ਹਵਾਨੇ ਦੇ ਬਿਲਕੁਲ ਸਫਾਈ ਚ ਕੱਦ ਕਾਠੇ ਤਾਂ ਹੁਣ ਤੋਂ ਹੀ ਚੰਗਾ ਵਾ। ਠੀਕ ਆ ਸੇਮ ਜਿਹਾ ਕਿ ਲਗਭਗ ਅੱਜ 76-77 ਇੱਕੋ ਜਿਹਾ ਚੱਲਣ ਦਿਆ ਕੇ ਕੰਮ। ਕੋਈ ਫੋਨ ਲਾਵੇ ਬਸ ਇੱਕ ਵਾਰੀ ਮਾਨ ਤਾਂ ਨੋਚੋ ਮੈਂ ਖੁੱਲੇ ਹੋ ਜਾਣਗੇ। ਕੋਈ ਫੋਨ ਇੱਕ ਵਾਰੀ ਲਾਵੇ ਜ਼ਰੂਰ ਕਿਸੇ ਦੇ ਵੀ ਕੋਈ ਵੀ ਝੋਟੀ ਪਸੰਦ ਹੁੰਦੀ ਆ। ਹਾਂਜੀ ਹਾਂਜੀ ਬਾਕੀ ਕਿਸੇ ਦੇ ਵੀ ਕੋਈ ਵੀ ਝੋਟੀ ਪਸੰਦ ਹੁੰਦੀ ਆ ਇੱਕ ਵਾਰੀ ਕੋਈ ਵੀਰ ਫੋਨ ਜ਼ਰੂਰ ਲਾਵੇ। ਠੀਕ ਆ ਤੇ ਹੁਣ ਇੱਕ ਆਵਲੀ ਝੋਟੀ ਵੀ ਸੂਈ ਸਵਾਈ ਆ ਤਿਆਰ ਜਿਹੜਾ ਬਿਲਕੁਲ ਤੇ ਬੱਚਾ ਕੀ ਜੇ ਮਗਰ ਇਹਦੇ ਮਗਰ ਕੱਟੀ ਆ ਦੋ ਮਗਰ ਕੱਟੀਆਂ ਦੋ ਮਗਰ ਕੱਟੇ ਹਾਈਟ ਲੈਂਥ ਜਿਹੜੀ ਇਹਦੀ ਚੰਗੀ ਆ ਤੀਸਰਾ ਸੂਆ ਜਿਹੜਾ ਦੱਸ ਦੇ ਕਿ ਸੂਈ ਆ ਪੰਦਰਾਂ ਕੁ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾ ਦੂਗੀ ਬਾਕੀ ਬਿਲਕੁਲ ਅਜੇ ਤਾਜ਼ਾ ਹੀ ਬੱਚਾ ਵਾ ਮਗਰ ਕੱਟੇ ਵੀ ਚੰਗੀ ਹੈ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੁਸੀਂ ਗੱਲ ਕਰਦਾ ਜਾਇਜ਼ ਹੀ ਕਰਾਂਗੇ ਦੇਖੋ ਲੈਵਾ ਮੰਗਦੇ ਕੀ ਹੋਦਾ ਠੀਕ ਆ ਜਾਇਜ਼ ਜਾ ਕਰਦੀ ਹੈ ਫਿਰ ਮੁੱਲ ਇਹਦਾ ਵੀ ਆਪਾਂ ਬਾਅਦ ਤੇ 5000 ਰੁਪਏ ਜੀ ਅੱਛਾ ਮੁੱਲ ਕਿੰਨੇ ਕਰਦੇ ਆਪਾਂ 90000 ਦੀ ਮੱਝ ਦੇ ਦਾਂਗੇ ਛੋੜ-ਛਾੜ ਵਿੱਚੋਂ ਕਰ ਦਈਏ ਯਾਰ ਛੋੜ-ਛਾੜ ਕਰ ਦਾਂਗੇ ਅੱਛਾ ਮੌਕੇ ਤੇ ਕਰ ਦੋਗੇ ਕਰ ਦਾਂਗੇ ਬਾਕੀ ਬਾਅਦ ਇਹਨੇ ਪੇਜ ਆਉਂਦੇ ਨੇ ਕਿੰਨੇ 7 ਵਜੇ ਮਿਲਦਾ ਠੀਕ ਹੈ ਜੀ ਜੋ ਬਾਜ਼ਾਰ ਬਾਹਰ ਵੇਖੀ ਉਹ ਪੋੜਾ ਲੱਗਦਾ ਨਾ ਠੀਕ ਆ ਬਾਕੀ ਦੁੱਧ ਕੋਤਾ ਨਹੀਂ ਤਾਂ ਇਹੋ ਜਿਹੇ ਦਿਨਾਂ 'ਚ ਵੀ 12-13 ਕਿਲੋ ਸੌਖਾ ਦੇ ਜੋ ਹੁਣ ਠੀਕ ਆ ਬਾਕੀ ਮੌਸਮ ਬਦਲ ਗਿਆ ਦੁੱਧ ਵੱਧ ਵੀ ਸਕਦੀ ਹੈ ਠੀਕ ਹੈ ਮੌਸਮ ਤਾਂ ਹੁਣ ਚਲੋ ਫਰਕ ਪੈ ਗਿਆ ਹੁਣ ਬਰਸਾਤਾਂ ਸ਼ੁਰੂ ਹੋ ਗਈਆਂ ਵਾ ਬਾਕੀ ਦੁੱਧ ਅਗਲੇ ਸੇਵਾ ਡਿਪੈਂਡ ਕਰਨਾ ਵਾ ਹਾਂਜੀ ਹਾਂਜੀ ਬਾਕੀ ਸੂਝਵਾਨ ਵੀਰ ਵੇਖਣ ਵਾਲੇ ਉਹਨਾਂ ਨੇ ਆਪੇ ਸਾਰੀਆਂ ਚੀਜ਼ਾਂ ਦਾ ਪਤਾ ਹੀ ਆ ਹਰ ਇੱਕ ਨੂੰ ਪਤਾ ਆਪੋ ਆਪਣੀ ਚੀਜ਼ ਕਿੱਦਾਂ ਹਾਂਜੀ 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 ਅੱਜ ਕੱਲ੍ਹ ਹਰ ਕੋਈ ਸਿਆਣਾ ਤਾਂ ਆਪਣਾ ਜੋਰ ਕੋਈ ਵੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਫਿਰ ਬਸ ਬਾਕੀ ਹਰ ਵੀਰ ਜੀ ਪੱਕਾ ਸੁਣੀਆਂ ਸੁਣਾਈਆਂ ਆਪਣੀ ਚੋਗ ਤੇ ਸੱਲੀ ਕਰਕੇ ਭੈਣ ਭਰਾ ਕੋਈ ਵੀ ਖੜੇ ਹਾਂਜੀ ਹਾਂਜੀ ਠੀਕ ਹੈ ਨਾ ਤੇ ਠੀਕ ਹੈ ਵੀਰ ਜੀ ਸਾਰੀਆਂ ਸੂਈਆਂ ਵਾ ਤੇ ਸਾਰੀਆਂ ਦੀ ਚਵਾਈ ਕਰਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਫਿਰ ਹੀ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।